ਡਰ ਸੀ ਜਿਸ ਚੀਜ਼ ਦਾ ਖਤਰਾ ਸੀ ਆਖਰ ਉਹੀ ਹੋ ਗਿਆ ਸਰਦੂਲਗੜ੍ਹ ਦੇ ਸ਼ਹਿਰ ਤੱਕ ਨੂੰ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਠੀਕ ਅਧਰੇ ਘੰਟੇ ਪਹਿਲਾਂ ਤਸਵੀਰ ਦਿਖਾਈ ਸੀ ਤਾਂ ਇਹ ਗਲੀ ਬਿਲਕੁਲ ਸੁੱਕੀ ਪਈ ਹੋਈ ਸੀ ਬੰਨ ਲੋਕੀ ਲਾ ਰਹੇ ਸੀ ਦੁਕਾਨਾਂ ਦੇ ਬਾਹਰ ਬੰਨ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਸੀ ਹੱਲ ਲੱਖੇ ਜਾ ਰਹੇ ਸੀ ਤਾਂ ਕਿ ਪਾਣੀ ਜੋ ਹੈ ਉਹ ਇਹਨਾਂ ਦੁਕਾਨਾਂ ਦੇ ਵਿੱਚ ਨਾ ਪਹੁੰਚ ਜਾਵੇ ਗਲੀਆਂ ਦੇ ਵਿੱਚ ਨਾ ਪਹੁੰਚ ਜਾਵੇ ਪਰ ਪਾਣੀ ਦੀ ਮਾਰ ਐਸੀ ਹੈ ਕਿ ਪਾਣੀ ਆਪਣਾ ਰਾਹ ਆਪ ਹੀ ਬਣਾ ਲੈਂਦਾ ਹੈ ਪਾਣੀ ਫਿਰ ਰਾਹ ਕਿਸੇ ਨੂੰ ਪੁੱਛ ਕੇ ਨਹੀਂ ਬਣਾਉਂਦਾ ਔਰ ਜੋ ਮਿਹਨਤ ਵਿਚਾਰੇ ਲੋਕ ਕਰ ਰਹੇ ਸੀ ਉਹਨਾਂ ਦੀ ਮਿਹਨਤ ਦੇ ਉੱਤੇ ਵੀ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਪਾਣੀ ਹੁਣ ਅੱਗੇ ਹੋਰ ਵੱਧਾ ਹੋਇਆ ਸ਼ਹਿਰ ਵੱਲੋਂ ਵੱਧਾ ਹੋਇਆ ਨਜ਼ਰ ਆ ਰਿਹਾ ਤਾਂ ਪੂਰੀ ਗਲੀ ਦੇਖੋ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਦੇਖਦਿਆਂ ਦੇਖਦਿਆਂ ਹੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤਾ ਗੋਡਿਆਂ ਗੋਡਿਆਂ ਤੱਕ ਪਾਣੀ ਅੱਗੇ ਤੱਕ ਪਹੁੰਚ ਚੁੱਕਿਆ ਹੈ ਕਈ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਔਰ ਸ਼ਹਿਰ ਦੀ ਗੱਲ ਕਰੀਏ ਤਾਂ ਠੀਕ ਇਧਰਲੇ ਪਾਸੇ ਤੁਸੀਂ ਵੇਖੋਗੇ ਸ਼ਹਿਰ ਹੈ ਇਸ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਸੀ ਕਿਵੇਂ ਸ਼ਹਿਰ ਦੀ ਜੋ ਮੇਨ ਰੋਡ ਹੈ ਮੇਨ ਨੈਸ਼ਨਲ ਹਾਈਵੇ ਹੈ ਉਸ ਦੇ ਉੱਤੇ ਵੀ ਬੰਨ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਿੱਟੀ ਪਾਈ ਜਾ ਰਹੀ ਸੀ ਤਾਂ ਹੁਣ ਇਸ ਥਾਂ ਦੇ ਉੱਤੇ ਵੀ ਪਾਣੀ ਪਹੁੰਚਦਾ ਹੋਇਆ ਕਿਤਨਾ ਕਿਤੇ ਨਜ਼ਰ ਆ ਰਿਹਾ ਹੈ ਇਸ ਥਾਂ ਨੂੰ ਵੀ ਹੁਣ ਮਾਰ ਜੋ ਹੈ ਉਹ ਚਲਣੀ ਪੈ ਸਕਦੀ ਹੈ ਇਸ ਥਾਂ ਦੇ ਉੱਤੇ ਵੀ ਪਾਣੀ ਕੁਛ ਹੀ ਦੇਰ ਦੇ ਵਿੱਚ ਪਹੁੰਚ ਜਾਊਗਾ ਕਿਉਂਕਿ ਗਲੀਆਂ ਦੇ ਵਿੱਚੋਂ ਪਾਣੀ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਏ ਔਰ ਜੋ ਫੂਸ ਮੰਡੀ ਦੇ ਵਿੱਚ ਬੰਨ ਟੁੱਟਿਆ ਸੀ ਉਸ ਦੀ ਰਫ਼ਤਾਰ ਬਹੁਤ ਤੇਜ਼ ਹੈ ਵਰੋਂ ਸਾਡੇ ਨਾਲ ਹੈ ਵਰੋਂ ਆਪਾਂ ਪਹਿਲਾਂ ਖੜੇ ਸੀ ਪਾਣੀ ਬਹੁਤ ਪਿੱਛੇ ਸੀ ਪਾਣੀ ਦਾ ਲੈਵਲ ਘੱਟ ਸੀ ਪਰ ਦੇਖਦੇ ਦੇਖਦੇ ਅੱਧੇ ਘੰਟੇ ਸਾਰਾ ਭਰ ਗਿਆ ਜੀ ਜੀ ਆਪਾਂ ਹੁਣ ਅੱਧਾ ਘੰਟਾ ਪਹਿਲਾਂ ਦੇਖ ਕੇ ਗਏ ਆ ਜੀ ਇਹ ਪਾਣੀ ਪਾਣੀ ਇੱਥੇ ਹੈ ਨਹੀਂ ਸੀਗਾ ਇੱਥੇ ਲਗਾਤਾਰ ਬੰਨ ਲੱਗ ਰਿਹਾ ਸੀਗਾ ਜੀ ਪਰ ਪਾਣੀ ਅੱਧੇ ਘੰਟੇ ਦੇ ਵਿੱਚ ਤੁਸੀਂ ਪਾਣੀ ਦਾ ਲੈਵਲ ਆਪਾਂ ਫ ਤੇ ਪਾਣੀ ਵਾਰ ਨੰਬਰ 1 ਤੋਂ ਹਣੀ ਜੀ ਪੂਰਾ ਸਰਦੂਲਗੜ ਡਬਾਊਗਾ ਜੀ ਇਹ ਇਹ ਜੱਟ ਜ਼ਿਮੀਦਾਰ ਕੀ ਸਾਰਾ ਸਰਦੂਲਗੜ ਮੰਡੀ ਨਾਜ ਮੰਡੀ ਇਹ ਸਾਰੀ ਡਬੋ ਦੂਗਾ ਜੀ ਸਰਦੂਲਗੜ ਮੰਨ ਲਓ 2 ਘੰਟੇ ਦਾ ਮੈਕਸਿਮਮ ਟਾਈਮ ਹੈ ਜੀ 2 ਘੰਟੇ ਦੇ ਅੰਦਰ ਅੰਦਰ ਘਰਾਂ ਦੇ ਵਿੱਚ ਪਾਣੀ ਵੜਨਾ ਸਟਾਰਟ ਹੋ ਜਾਊਗਾ ਜੀ ਫੂਸ ਮੰਡੀ ਆਪਾਂ ਹੁਣ ਜਾ ਕੇ ਆਏ ਜੀ ਫੂਸ ਮੰਡੀ ਸਾਰੇ ਘਰ ਖਾਲੀ ਹੋ ਚੁੱਕੇ ਨੇ ਜੀ ਉੱਥੇ ਕਿਸ਼ਤੀਆਂ ਪਹੁੰਚ ਚੁੱਕੀਆਂ ਨੇ ਜੀ ਇੱਥੇ ਵੀ ਕਿਸ਼ਤੀਆਂ ਤੋਂ ਘਟ ਨਹੀਂ ਹੈਗਾ ਜੀ ਹਾਲ ਇੱਥੇ ਵੀ ਕਿਸ਼ਤੀਆਂ ਵਾਲਾ ਹਾਲ ਹੀ ਹੋ ਜਾਊਗਾ ਜੀ ਕੁਛ ਹੀ ਦੇਰ ਦੇ ਵਿੱਚ ਇੱਥੇ ਕਿਸ਼ਤੀਆਂ ਵਾਲਾ ਹਾਲ ਹੋ ਜਾਣਾ ਹੈ ਔਰ ਜਿਵੇਂ ਅੱਗੋਂ ਪਾਣੀ ਇੰਨੀ ਤੇਜ਼ ਦੇ ਨਾਲ ਆ ਰਿਹਾ ਤਾਂ ਇਹ ਪਹਿਲਾ ਬੋਰਡ ਨੰਬਰ 23 ਸੀ ਸਰਦੂਲਗੜ ਦਾ ਪਰ ਹੁਣ ਇਹ ਮਾਰ ਪੂਰੇ ਸ਼ਹਿਰ ਨੂੰ ਵੀ ਵਜਦੀ ਹੋ ਨਜ਼ਰ ਆਊਗੀ ਆ ਜੋ ਤੁਸੀਂ ਇਲਾਕਾ ਦੇਖ ਰਹੇ ਹੋ ਜੋ ਤੁਸੀਂ ਏਰੀਆ ਦੇਖ ਰਹੇ ਹੋ ਦੇਖੋ ਪਾਣੀ ਹੁਣ ਕਿਵੇਂ ਕਿਵੇਂ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਤਾਂ ਪਿੱਛੋਂ ਦੀ ਇਹ ਫੂਸ ਮੰਡੀ ਦਾ ਜੋ ਇਹ ਬ੍ਰੀਚ ਹੋਇਆ ਸੀ ਕਗਰ ਦਾ ਉਸ ਦਾ ਪਾਣੀ ਅੱਗੇ ਹੋਰ ਵੱਧਦਾ ਹੋਇਆ ਅੱਗੇ ਹੋਰ ਘਿਰਟਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਿੰਡ ਦੇ ਲੋਕ ਮੌਜੂਦ ਨੇ ਇੱਥੇ ਜਲਦੀ ਲਗਾਤਾਰ ਸੇਵਾ ਕਰ ਰਹੇ ਨੇ ਬਾਈ ਜੀ ਦੇਖਦੇ ਦੇਖਦੇ ਪਾਣੀ ਭਰ ਗਿਆ ਹਾਂਜੀ ਵਦਿਆ ਜੀ ਹੜੇ ਆ ਤੇ ਘੰਟੇ ਹੋਇਆ ਨੂੰ ਆਏ ਨੂੰ ਹਜੀ ਘੰ ਵਰੀ-ਵਰੀ ਜਾਂ ਨਹੀਂ ਵੇਖੋ ਛੱਲਾ ਮਗਰ ਮਾਰਦਾ ਪਾਣੀ ਜੀ ਖਤਰੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਗਿਆ ਬਹੁਤ ਜਿਆਦਾ ਤੇਜ਼ ਹੈ ਡਾਰ ਆਲਾ ਕੰਮ ਹੋ ਗਿਆ ਰਿਸ਼ਤਿਆਂ ਦਾ ਸਮਾਨ ਚੱਕਣ ਆਏ ਸੀ ਇੱਥੇ ਡਾਰੀ ਲੱਗਦਾ ਹੁਣ ਇੱਥੇ ਰਿਸ਼ਤਿਆਂ ਦਾ ਸਮਾਨ ਚੱਕਣ ਆਏ ਹਾਂ ਜੀ ਹਾਂ ਜੀ ਪਿੰਡ ਕਿਹੜਾ ਬਾਈ ਸੂਰਤਕਾ ਜੀ ਹਰਿਆਣੇ ਚ ਅੱਛਾ ਹਰਿਆਣੇ ਤੋਂ ਇੱਥੇ ਪਿੰਡ ਆਪਣੇ ਰਿਸ਼ਤਿਆਂ ਦੇ ਆਏ ਸਰਸੇ ਜ਼ਿਲ੍ਹੇ ਚ ਹਾਂ ਜੀ ਹਾਂ ਜੀ ਠੀਕ ਹੈ ਨਾ ਸਰਸੇ ਤੋਂ ਬਾਈ ਹੁਣੀ ਸਮਾਨ ਚੱਕਣ ਆਏ ਸੀ ਕਿਉਂਕਿ ਰਿਸ਼ਤੇਦਾਰਾਂ ਦੇ ਨਾਲ ਇਸ ਵੇਲੇ ਖੜਨ ਦੀ ਲੋੜ ਹੈ ਔਰ ਜਿਵੇਂ ਘਰਾਂ ਦੇ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਬਹੁਤ ਸਾਰੇ ਲੋਕ ਪਿੰਡ ਖਾਲੀ ਕਰਕੇ ਜਾ ਚੁੱਕੇ ਨੇ ਕਈਆਂ ਨੇ ਆਪਣੇ ਘਰਾਂ ਦੇ ਵਿੱਚੋਂ ਸਮਾਨ ਉੱਪਰਲੀ ਥਾਂ ਦੇ ਉੱਤੇ ਪਹੁੰਚਾ ਦਿੱਤਾ ਔਰ ਇੱਥੇ ਹੀ ਦੇਖੋ ਉਹ ਮੋੜ ਸੇਕਰ ਦੇਖੋ ਤੁਰਿਆ ਆਉਂਦਾ ਤਾਂ ਪਹਿਲਾਂ ਇਹ ਅਸੀਂ ਇਹ ਆਪ ਅਸੀਂ ਪੈਦਲ ਸੜਕ ਪਾਰ ਕਰਕੇ ਆਏ ਆ ਇਹ ਅਸੀਂ ਆਪ ਇਹ ਸੜਕ ਪਾਰ ਕਰਕੇ ਆਏ ਸੀ ਤਾਂ ਕੋਈ ਪਾਣੀ ਨਹੀਂ ਸੀ ਬਿਲਕੁਲ ਸੁੱਕੀ ਪਈ ਸੀ ਪਰ ਜਿਵੇਂ ਜਿਵੇਂ ਪਾਣੀ ਪਿਛਲੇ ਪਾਸੇ ਦੀ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤੇਜ਼ੀ ਨਾਲ ਪਾਣੀ ਅੱਗੇ ਮਾਰ ਮਾਰਦਾ ਹੋਇ ਨਜ਼ਰ ਆ ਰਹੇ ਆ ਤਾਂ ਇੱਥੇ ਤੁਸੀਂ ਦੇਖੋਗੇ ਮੇਨ ਹਾਈਵੇ ਦੇ ਉੱਤੇ ਜ਼ੂਰ ਕੋਸ਼ਿਸ਼ਾਂ ਜਾਰੀ ਨੇ ਮੇਨ ਹਾਈਵੇ ਦੇ ਉੱਤੇ ਮਿੱਟੀ ਪਾਈ ਜਾ ਰਹੀ ਹੈ ਤਾਂ ਕਿ ਪਾਣੀ ਹੁਣ ਅੱਗੇ ਸ਼ਹਿਰ ਵੱਲ ਨੂੰ ਨਾ ਜਾਵੇ ਪਰ ਵਰੋਂ ਕੀ ਲੱਗਦਾ ਕਿ ਪਾਣੀ ਦੀ ਜਿਸ ਤਿੱਕ ਨਾਲ ਰਫ਼ਤਾਰ ਹੈ ਮਾਰ ਹੈ ਅੱਗੇ ਸ਼ਹਿਰ ਨੂੰ ਵੀ ਮਾਰੂਗਾ ਇਹ ਦੋ ਘੰਟਿਆਂ ਦੇ ਅੰਦਰ ਅੰਦਰ ਜੀ ਸ਼ਹਿਰ ਨੂੰ ਪੱਕਾ ਮਾਰ ਕਰਨੀ ਆ ਆ ਦੇਖ ਲਓ ਜੀ ਅੱਜ ਬੰਨ ਹੈ ਜੀ ਇਹ ਬੰਨ ਕਿੰਨਾ ਕ ਟਾਈਮ ਕੱਟੂਗਾ ਜੀ ਜੇ ਦੋ ਘੰਟੇ ਲਗਾਤਾਰ ਬੰਨਦੇ ਸ਼ਾਲਾਂ ਵਸ ਦੇ ਰਹੀਆਂ ਇਹ ਮਿੱਟੀ ਨਾਲ ਖੁਰਕੇ ਚਲਾ ਜਾਣਾ ਜੀ ਅੰਦਰ ਸ਼ਹਿਰ ਦੇ ਅੰਦਰ ਸਾਨੂੰ ਸਾਰਿਆਂ ਨੂੰ ਵੱਡਾ ਇਹੀ ਚੀਜ਼ ਦਾ ਡਰ ਸੀ ਉਹ ਅੱਜ ਹੋ ਗਿਆ ਜੀ 7 ਦਿਨਾਂ ਦੇ ਅੰਦਰ ਪ੍ਰਸ਼ਾਸਨ ਸੁੱਤਾ ਪਿਆ ਜੀ ਜੇ 7 ਦਿਨ ਪਹਿਲਾਂ ਇੰਤਜ਼ਾਮ ਕੀਤੇ ਹੁੰਦੇ ਤਾਂ ਸਾਡਾ ਹਾਲ ਹੀ ਨਹੀਂ ਹੁੰਦਾ ਸ਼ੁਰੂ ਕਰ ਦਿੱਤੇ ਨੇ ਔਰ ਇਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਦੂਰ ਤੱਕ ਹੁਣ ਤੁਸੀਂ ਇਹ ਜੇ ਗਲੀ ਦੇਖੋਗੇ ਇਸ ਗਲੀ ਦੇ ਵਿੱਚ ਪਾਣੀ ਉਹ ਪਾਣੀ ਨਜ਼ਰ ਆ ਰਿਹਾ ਹੈ ਗਲੀ ਸਾਰੀ ਡੁੱਬ ਗਈ ਹੈ ਦੇਖਦੇ ਆਂ ਦੇਖਦੇ ਆਂ ਇਹ ਗਲੀ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਔਰ ਦੂਸਰੇ ਪਾਸੇ ਦੇਖੋਗੇ ਲੋਕ ਆਪਣੇ ਘਰਾਂ ਦੇ ਵਿੱਚੋਂ ਸਮਾਨ ਚੱਕ ਕੇ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿੰਨਾ ਜਿੰਨਾ ਸਮਾਨ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਹੋਇਆ ਸੀ ਉਹ ਸਾਰਾ ਸਮਾਨ ਉਹਨਾਂ ਦੇ ਵੱਲੋਂ ਖਾਲੀ ਕੀਤਾ ਜਾ ਰਿਹਾ ਹੈ ਤਾਂ ਪਿੰਡ ਦੇ ਵਿੱਚ ਵੀ ਜ਼ਰੂਰ ਇਸ ਵੇਲੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਔਰ ਅਸੀਂ ਇੱਕ ਵਾਰ ਫਿਰ ਅਪੀਲ ਕਰਾਂਗੇ ਜਿਹੜੇ ਮਦਦ ਲੈ ਕੇ ਆ ਰਹੇ ਨੇ ਹੁਣ ਇਹਨਾਂ ਪਿੰਡਾਂ ਦੇ ਵਿੱਚ ਜ਼ੂਰ ਪਹੁੰਚੋ ਸਰਦੂਲਗੜ ਦੇ ਵਾਰਡ ਨੰਬਰ 2 3 ਦੇ ਵਿੱਚ ਆਓ ਔਰ ਉਧਰ ਦੇਖੋ ਤੁਸੀਂ ਪਿੰਡਾਂ ਦੇ ਵਿੱਚੋਂ ਕਿਵੇਂ ਸਮਾਨ ਖਾਲੀ ਕਰ ਰਹੇ ਕੁਰਸੀਆਂ ਰੱਖ ਕੇ ਔਰ ਜੋ ਘਰਾਂ ਦੇ ਵਿੱਚ ਸਮਾਨ ਆ ਉਹ ਸਾਰਾ ਖਾਲੀ ਕਰਕੇ ਹੁਣ ਲੋਕੀ ਇੱਥੋਂ ਦੀ ਦੂਸਰੇ ਪਿੰਡਾਂ ਨੂੰ ਰੁੱਕ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਜੋ ਸਮਾਨ ਇਹਨਾਂ ਘਰਾਂ ਦੇ ਵਿੱਚ ਪਿਆ ਹੋਇਆ ਸੀ ਉਹ ਸਾਰਾ ਸਮਾਨ ਹੁਣ ਇੱਥੋਂ ਦੀ ਚੱਕਿਆ ਜਾ ਰਿਹਾ ਤਾਂ ਖੀਰਲੀ ਅਹ ਟਰਾਈ ਜਿਹੜੀ ਆ ਉਹ ਵੀ ਜ਼ਰੂਰ ਇਹ ਵੀਰਾਂ ਦੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਿੱਟੀ ਹੋਰ ਲੈ ਕੇ ਜਾ ਰਹੇ ਨੇ ਮਿੱਟੀ ਹੋਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿਸੇ ਤਰੀਕੇ ਦੇ ਨਾਲ ਇਹ ਪਾਣੀ ਰੁਕ ਜਾਵੇ ਪਾਣੀ ਨੂੰ ਕਿਸੇ ਨਾ ਤਰੀਕੇ ਦੇ ਨਾਲ ਢਾ ਜਿਹੜੀ ਹੈ ਉਹ ਲਗਾ ਦਿੱਤੀ ਜਾਵੇ ਪਰ ਪਾਣੀ ਦੀ ਜੋ ਰਫਤਾਰ ਆ ਬਹੁਤ ਤੇਜ਼ ਦੇਖਦੇ ਆ ਦੇਖਦੇ ਆ ਦੇਖੋ ਤੁਸੀਂ ਹੁਣ ਛਾਲਾਂ ਪਾਣੀ ਦੀਆਂ ਵਜਦੀਆਂ ਸ਼ੁਰੂ ਹੋ ਚੁੱਕੀਆਂ ਔਰ ਜਿਹੜੀ ਮਿੱਟੀ ਲਾਈ ਸੀ ਉਹ ਵੀ ਖੁਰਨੇ ਖੁਰਨੀ ਸ਼ੁਰੂ ਆ ਦੇਖੋ ਆਪਾਂ ਉੱਥੇ ਸੀਗੇ ਉੱਥੋਂ ਦੀ ਇੱਥੇ ਪਹੁੰਚ ਗਿਆ ਪਾਣੀ 3 ਮਿੰਟਾਂ ਦੇ ਵਿੱਚ ਪਾਣੀ ਪਹੁੰਚ ਗਿਆ ਜੀ ਆਪਣੇ ਅੱਗੇ ਅਸੀਂ ਬੇਨਤੀ ਕਰਦੇ ਆਂ ਜੀ ਸਾਰੇ ਸ਼ਹਿਰ 500 400 ਹਜ਼ਾਰ ਬੰਦਾ ਜਿੰਨਾ ਆ ਸਕਦਾ ਸਰਦੂਲਗੜ੍ਹ ਚ ਪਹੁੰਚੋ ਜੀ ਇੱਥੇ ਸਾਡੇ ਵੱਡੀ ਮੁਸੀਬਤ ਬਣੀ ਹੋਈ ਆ ਜੀ ਨਿੱਕੇ ਨਿੱਕੇ ਜਵਾਕ ਘਰਾਂ ਦੇ ਰੁਲ ਜਾਣਗੇ ਜੀ ਇੱਥੋਂ ਬਹੁਤ ਇੱਥੇ ਸਾਡਾ ਉਹ ਹੋ ਰਿਹਾ ਜੀ ਪੁੱਛੋ ਨਾ ਕੀ ਕੁਛ ਹੀ ਨਹੀਂ ਕਹਿ ਸਕਦੇ ਜੀ ਬਿਲਕੁਲ ਤਾਂ ਅਪੀਲ ਹੈ तमाम ਐਨ ਜੀਓਜ਼ ਨੂੰ ਕਿ ਇੱਥੇ ਆ ਕੇ ਜਰੂਰ ਇਹਨਾਂ ਵਾਸਤੇ ਸਾਰ ਲਿੱਤੀ ਜਾਵੇ ਇਹਨਾਂ ਵਾਸਤੇ ਕਿਸੇ ਵੀ ਤਰੀਕੇ ਦੀ ਮਦਦ ਭੇਜੀ ਜਾਵੇ ਰਾਸ਼ਨ ਹੋਵੇ ਸੁੱਕਾ ਰਾਸ਼ਨ ਹੋਵੇ ਪਾਣੀ ਦੀ ਬੋਤਲਾਂ ਹੋਣ ਮੱਛਰਦਾਨੀਆਂ ਹੋਣ ਕਿਉਂਕਿ ਇਹਨਾਂ ਨੂੰ ਰਾਤਾਂ ਹੁਣ ਉੱਪਰ ਹੀ ਕਟਨੀਆਂ ਪੈਣੀਆਂ ਨੇ ਤਾਂ ਲਗਾਤਾਰ ਇਹ ਕੋਸ਼ਿਸ਼ਾਂ ਦੇਖੋ ਜਾਰੀ ਨੇ ਅਖੀਰਲੇ ਸਮੇਂ ਤੱਕ ਵੀ ਜੋ ਹੈ ਕੋਸ਼ਿਸ਼ਾਂ ਜਾਰੀ ਨੇ ਇਹਨਾਂ ਦੀਆਂ ਕਿ ਕਿਸੇ ਤਰੀਕੇ ਨਾਲ ਘਰ ਦੇ ਵਿੱਚ ਪਾਣੀ ਨੂੰ ਵੜਨ ਤੋਂ ਰੋਕ ਦਿੱਤਾ ਜਾਵੇ ਤਾਂ ਕਿ ਪਾਣੀ ਘਰ ਦੇ ਵਿੱਚ ਨਾ ਵੜੇ ਪਰ ਇਹ ਸੜਕਾਂ ਔਰ ਇਹ ਪੂਰੀ ਗਲੀ ਦੇ ਵਿੱਚ ਪਾਣੀ ਆ ਚੁੱਕਿਆ ਔਰ ਦੂਸਰੇ ਪਾਸੇ ਲਗਾਤਾਰ ਉੱਥੇ ਵੀ ਕੋਸ਼ਿਸ਼ਾਂ ਜਾਰੀ ਨੇ ਲਗਾਤਾਰ ਉੱਥੇ ਵੀ ਬੰਨ ਲਾਉਣ ਦੀਆਂ ਤਿਆਰੀਆਂ ਨੇ ਕਿਉਂਕਿ ਜਿਹੜੀ ਜਿਹੜੀ ਥਾਂ ਦੇ ਵਿੱਚ ਅੰਦਰ ਰੋਡ ਡਿਵਾਈਡ ਹੋਈ ਹੋਈ ਸੀ ਤਾਂ ਉਹਨਾਂ ਥਾਵਾਂ ਦੇ ਵਿੱਚ ਮਿੱਟੀ ਜੋ ਹੈ ਭਰੀ ਜ਼ਰੂਰ ਜਾ ਰਹੀ ਹੈ ਮਗਰ ਗੁਰੂ ਘਰ ਦੇ ਪਾਣੀ ਆ ਰਿਹਾ ਹੈ ਗੁਰੂ ਘਰ ਦੇ ਮਗਰ ਵੀ ਪਾਣੀ ਆ ਚੁੱਕਿਆ ਪਿਛਲੇ ਪਾਸੇ ਜੋ ਤਸਵੀਰ ਹੈ ਉਹ ਵੀ ਤੁਸੀਂ ਦੇਖੋਗੇ ਇੱਥੇ ਗੁਰੂ ਘਰ ਦੇ ਮਗਰ ਵੀ ਪਾਣੀ ਆ ਚੁੱਕਿਆ ਯਾਨੀ ਕਿ ਇਹ ਗੁਰੂ ਘਰ ਦੇ ਮਗਰ ਜੋ ਪਾਣੀ ਆਇਆ ਇਧਰਲੇ ਪਾਸੇ ਨੂੰ ਇਹ ਹੁੰਦਾ ਹੋਇਆ ਹੁਣ ਗਲੀ ਦੇ ਵਿੱਚ ਆ ਰਿਹਾ ਹੈ ਆ ਇੱਥੇ ਤੁਸੀਂ ਦੇਖੋਗੇ ਪਿਛਲੇ ਪਾਸੇ ਉਹਦੀ ਇੱਕ ਸੜਕ ਪੈਂਦੀ ਹੈ ਤਾਂ ਉਧਰੋਂ ਵੀ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਪਿੱਛੇ ਜੋ ਫੂਸ ਮੰਡੀ ਦੇ ਵਿੱਚ ਪਾਣੀ ਆਇਆ ਸੀ ਉਸ ਦੀ ਰਫ਼ਤਾਰ ਇੰਨੀ ਜ਼ਿਆਦਾ ਹੈ ਕਿ ਉਸ ਨੂੰ ਠੱਲ ਪਾਉਣੀ ਔਖੀ ਹੈ ਉਸ ਨੂੰ ਰੋਕਣਾ ਔਖਾ ਹੈ ਤਾਂ ਦੇਖਦਿਆਂ ਦੇਖਦਿਆਂ ਇੱਥੇ ਹੁਣ ਪਿੰਡਾਂ ਦੇ ਵਿੱਚ ਇਹ ਇਲਾਕੇ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਆ ਦੇਖੋ ਬਾਈ ਹਣੀ ਵੀ ਲੱਗੇ ਹੋਏ ਨੇ ਇਹਨਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਪਿਛਲੇ ਪਾਸੇ ਤੋਂ ਪਾਣੀ ਨਾ ਆਵੇ ਤਾਂ ਆਪ ਆਪਣੇ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਗੁਰੂ ਘਰ ਬੰਨਿਓ ਜਿਹੜਾ ਹੈਗਾ ਉਹ ਬੰਨ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਗੁਰੂ ਘਰ ਦੇ ਵਿੱਚ ਨਾ ਪਾਣੀ ਆ ਜਾਏ ਗੁਰੂ ਘਰ ਦੇ ਵਿੱਚ ਵੀ ਜੋ ਹੈ ਪਿਛਲੇ ਪਾਸੇ ਬੰਨ ਲਾਉਣ ਦੀ ਇਹ ਕੋਸ਼ਿਸ਼ ਹੈ ਪਾਣੀ ਪਿਛਲੇ ਪਾਸੇ ਪਹੁੰਚ ਚੁੱਕਿਆ ਹੈ ਤਾਂ ਇਹਨਾਂ ਦੁਕਾਨਾਂ ਦੇ ਵਿੱਚ ਨਾ ਪਹੁੰਚ ਜਾਵੇ ਗਲੀਆਂ ਦੇ ਵਿੱਚ ਨਾ ਪਹੁੰਚ ਜਾਵੇ ਪਰ ਪਾਣੀ ਦੀ ਮਾਰ ਐਸੀ ਹੈ ਕਿ ਪਾਣੀ ਆਪਣਾ ਰਾਹ ਆਪ ਹੀ ਬਣਾ ਲੈਂਦਾ ਹੈ ਪਾਣੀ ਫਿਰ ਰਾਹ ਕਿਸੇ ਨੂੰ ਪੁੱਛ ਕੇ ਨਹੀਂ ਬਣਾਉਂਦਾ ਔਰ ਜੋ ਮਿਹਨਤ ਵਿਚਾਰੇ ਲੋਕ ਕਰ ਰਹੇ ਸੀ ਉਹਨਾਂ ਦੀ ਮਿਹਨਤ ਦੇ ਉੱਤੇ ਵੀ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਪਾਣੀ ਹੁਣ ਅੱਗੇ ਹੋਰ ਵੱਧਾ ਹੋਇਆ ਸ਼ਹਿਰ ਵੱਲ ਨੂੰ ਵੱਧਾ ਹੋਇਆ ਨਜ਼ਰ ਆ ਰਿਹਾ ਤਾਂ ਪੂਰੀ ਗਲੀ ਦੇਖੋ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਦੇਖਦਿਆਂ ਦੇਖਦਿਆਂ ਹੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤਾ ਗੋਡਿਆਂ-ਗੋਡਿਆਂ ਤੱਕ ਪਾਣੀ ਅੱਗੇ ਤੱਕ ਪਹੁੰਚ ਚੁੱਕਿਆ ਹੈ ਕਈ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਔਰ ਸ਼ਹਿਰ ਦੀ ਗੱਲ ਕਰੀਏ ਤਾਂ ਠੀਕ ਇਧਰਲੇ ਪਾਸੇ ਤੁਸੀਂ ਵੇਖੋਗੇ ਸ਼ਹਿਰ ਹੈ ਇਸ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਸੀ ਕਿਵੇਂ ਸ਼ਹਿਰ ਦੀ ਜੋ ਮੇਨ